ਜਿਸ ਤਰੀਕੇ ਅਮਰਤਪਾਲ ਦਾ ਦबई ਤੋਂ ਆ ਕੇ ਇੱਕਦਮ ਪੰਜਾਬ 'ਚ ਛਾ ਗਿਆ ਨਾ ਸਸਪੈਂਸ ਆ ਬਹੁਤ ਲੋਕਾਂ ਲਈ ਠੀਕ ਉਸੇ ਤਰ੍ਹਾਂ ਹੋਣੇ ਸਸਪੈਂਸ ਬਣਿਆ ਵੀ ਅਮਰਤਪਾਲ ਹੈ ਕਿੱਥੇ ਆ ਪੁਲਿਸ ਨੇ ਫੜ ਲਿਆ ਵਾ ਜਾਂ ਭੱਜ ਗਿਆ ਗੱਲਾਂ ਦੋ ਹੋ ਸਕਦੀਆਂ ਤੀਜੀ ਨਹੀਂ ਹੋ ਸਕਦੀ ਜਾਂ ਤਾਂ ਪੁਲਿਸ ਨੇ ਫੜ ਲਿਆ ਵਾ ਤੇ ਪੁਲਿਸ ਤਿਆਰੀ ਕਰ ਰਹੀ ਆ ਵੀ ਇਧਰੋਂ ਉਧਰੋਂ ਸਾਰੇ ਰਿਸੋਰਸ ਜਟਾ ਰਹੀ ਆ ਵੀ ਇਹਦੇ ਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਹੋਰ ਲਾਈਆਂ ਜਾਂ ਤਾਂ ਤੀਆਂ ਕਿਹੜੇ ਕਿਹੜੇ ਕੇਸ ਹੋਰ ਪਾਏ ਜਾਂ ਤਾਂ ਜਿਉਂ ਪੁਲਿਸ ਦੇ ਹੱਥ ਨਹੀਂ ਆ ਪੁਲਿਸ ਕੋ ਭੱਜ ਚੁੱਕਾ ਪੁਲਿਸ ਕਿਤੇ ਢਿੱਲ ਵਰਤ ਗਈ ਤੇ ਜਾਂ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਇਨਫੋਰਮੇਸ਼ਨ ਦੇ ਦਿੱਤੀ ਹੋਊਗੀ ਅਮਰਪਾਲ ਨੂੰ ਬੇਨੇਕਲਾ ਜਾਇ ਤੇਰੇ ਨਾਲ ਕੁਝ ਕਰਨ ਵਾਲੇ ਨਹੀਂ ਪਰ ਤੀਜੀ ਗੱਲ ਨਹੀਂ ਹੋ ਸਕਦੀ ਵੀ ਉਹਦਾ ਇਨਕਾਊਂਟਰ ਕਰ ਦੇਣਗੇ ਇਹ ਨਹੀਂ ਹੋ ਸਕਦਾ ਵੀ ਉਹਨੂੰ ਫੜਿਆ ਹੋਇਆ ਤਾਂ ਉਹਦਾ ਇਨਕਾਊਂਟਰ ਕਰਨ ਲਈ ਇੰਜ ਸਾਰਾ ਕੁਝ ਪਲਾਨ ਕੀਤਾ ਜਾ ਰਿਹਾ ਨਾ ਨਾ ਤਾਂ ਸੈਂਟਰ ਸਰਕਾਰ ਇੰਨੀ ਕਮਲੀਆ ਤਾਂ ਨਾ ਪੰਜਾਬ ਸਰਕਾਰ ਇੰਨੀ ਕਮਲੀ ਇਹੋ ਜਿਹਾ ਸਟੈਪ ਕਦੇ ਵੀ ਨਹੀਂ ਇਹ ਚੱਕਣ ਹਾਂ ਇਹ ਹੋ ਸਕਦਾ ਕਿ ਜਿਹੜੇ ਸੱਚ ਚ ਪੰਜਾਬ ਨੂੰ ਅੱਗ ਲਾਉਣਾ ਚਾਹੁੰਦੇ ਆ ਉਹ ਲੋਕ ਕਮਰਤਪਾਲ ਦਾ ਨੁਕਸਾਨ ਕਰਾ ਕੇ ਸਰਕਾਰ ਦੇ ਸਿਰ ਮੜ ਦੇਣ ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨਾ ਉਹਨਾਂ ਤੋਂ ਸਾਵਧਾਨ ਰਹਿਣ ਦੀ ਬਹੁਤ ਜ਼ਰੂਰਤ ਹੈ ਜਿੰਨਾ ਟਾਈਮ ਹੁਣ ਤੱਕ ਹੋ ਚੁੱਕਾ ਵਾ ਇੰਨੇ ਚੇਅਰ ਚ ਬੰਦਾ ਕਿਤੇ ਦਾ ਕਿਤੇ ਪਹੁੰਚ ਜਾਂਦਾ ਇੰਡੀਆ ਚ ਪੈਸੇ ਦੋ ਜੋ ਮਰਜ਼ੀ ਕਰਾਓ ਯਾਰ ਕਿਹੜਾ ਕੰਮ ਹੈ ਜਿਹੜਾ ਨਹੀਂ ਹੁੰਦਾ ਪਰ ਪੁਲਿਸ ਤੇ ਅਮਰਤਪਾਲ ਚ ਉਹੀ ਚੂਹੇ ਬਿੱਲੀ ਵਾਲੀ ਖੇਡ ਜਾਰੀ ਹੈ ਕਿਤੇ ਉਹਦੇ ਕੱਪੜੇ ਲੱਗ ਗਏ ਦੀ ਕਿਤੇ ਉਹਦਾ ਚੋਲਾ ਲੱਗ ਗਿਆ ਕਿਤੇ ਕ੍ਰਪਾਨ ਲੱਗ ਗਈ ਕਿਤੋਂ ਆਹ ਲੱਗ ਗਈ ਸਾਨੂੰ ਉਹਦੀ ਗੱਡੀ ਲੱਗ ਗਈ ਆ ਕੁਝ ਹੁੰਦਾ ਹਲੇ ਪਰ ਅਮਰਤਪਾਲ ਆਲੇ ਤੱਕ ਨਹੀਂ ਇਹਨਾਂ ਨੂੰ ਲੱਭ ਰਿਹਾ ਪੈਸੇ ਲੱਗਦਾ ਨਹੀਂ ਜੀ ਕਿਸੇ ਨੂੰ ਵੀ ਅਮਰਤਪਾਲ ਇੰਜ ਭੇਸ ਬਦਲ ਕੇ ਭੱਜ ਜਾਊਗਾ ਪਰ ਕੀ ਪਤਾ ਉਹਨੂੰ ਅੰਦਰੋਂ ਕਿਹੜੀ ਇਨਫੋਰਮੇਸ਼ਨ ਮਿਲੀ ਹੋਵੇ ਜਾਂ ਕੀ ਉਹਦੇ ਦਿਮਾਗ 'ਚ ਚੱਲ ਰਿਹਾ ਹੋਵੇ ਮੈਂ ਨਿਕਲ ਗਿਆ ਅਗਲਾ ਚਲੋ ਅੱਜ ਨਹੀਂ ਤੇ ਕੱਲ ਅਮਰਤਪਾਲ ਜੇ ਪੇਸ਼ ਨਾਮ ਹੀ ਹੋਇਆ ਉਹਨੇ ਫੜੇ ਤੇ ਜਾਣਾ ਹੀ ਹੋ ਸਕਦਾ ਉਹ ਆਪਣੇ ਸਰੈਂਡਰ ਕਰਨ ਦਾ ਹੀ ਅਰੇਂਜਮੈਂਟ ਕਰ ਰਿਹਾ ਹੋਵੇ ਇੱਧਰ ਉੱਧਰ ਵਕੀਲਾਂ ਦੀਆਂ ਸਲਾਹਾਂ ਲੈ ਕੇ ਪਰ ਸਭ ਤੋਂ ਜ਼ਰੂਰੀ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਨਾ ਹੋਣ ਦੇਣਾ બીજી ਗੱਲ ਇਹਨਾਂ ਮੁਲਕਾਂ ਦੇ ਵਿੱਚ ਪ੍ਰੋਟੈਸਟ ਹੋ ਰਹੇ ਨੇ ਉਹਦੇ ਹੱਕ 'ਚ ਸਰਕਾਰਾਂ ਦੇ ਵਿਰੋਧ ਉਹ ਤੁਹਾਡਾ ਹੱਕ ਆ ਜੋ ਕਰਨਾ ਕਰੋ ਪਰ ਇੱਕ ਗੱਲ ਦਾ ਖਾਸ ਧਿਆਨ ਰੱਖਿਓ ਜਿੰਨਾ ਵੀ ਤੁਸੀਂ ਇਹੋ ਜਿਹੀਆਂ ਥਾਵਾਂ ਤੇ ਜਾ ਕੇ ਭੰਨ ਤੋੜ ਕਰਦੇ ਹੋ ਨਾ ਜਾਂ ਤਿਰੰਗਾ ਝੰਡਾ ਲਾ ਕੇ ਖਾਲਿਸਤਾਨ ਦਾ ਝੰਡਾ ਲਾਉਣੇ ਉਹ ਬਿਲਡਿੰਗ ਦੀ ਭੰਨ ਤੋੜ ਕਰਦੇ ਹੋ ਇਹ ਸਾਰਾ ਕੁਝ ਤੁਹਾਡੇ ਅਗੇਂਸਟ ਜਾ ਰਿਹਾ ਸympathy ਨਹੀਂ ਮਿਲ ਰਹੀ ਇਹਦੇ ਨਾਲ ਹੇਟ ਹੋਰ ਮਿਲੂਗੀ ਮੈਂ ਤਾਂ ਖਾਸ ਤੌਰ ਤੇ ਸਟੂਡੈਂਟਾਂ ਨੂੰ ਕਹਿਣਾ ਚਾਹੁੰਦਾ ਵੀ ਧਿਆਨ ਰੱਖਿਓ ਜੇ ਤੁਸੀਂ ਜਾਣਾ ਇਹੋ ਜਿਹੀਆਂ ਥਾਵਾਂ ਤੇ ਜਾਓ ਪਰ ਇਹ ਧਿਆਨ ਰੱਖਿਓ ਕਿ ਕਿਸੇ ਵੀ ਤਰ੍ਹਾਂ ਦਾ ਵਾਇਲੈਂਸ ਨਾ ਕਰਿਓ ਨਹੀਂ ਤੇ ਇਹ ਨਾ ਹੋਵੇ ਕਿ ਤੁਹਾਡੇ ਪੱਲੇ ਸਵਾਏ ਪਛਤਾਨੋਂ ਤੋਂ ਕੁਝ ਰਹੀ ਨਾ ਜਾਵੇ ਕਿਸੇ ਦਾ ਕੁਝ ਨਹੀਂ ਜਾਣਾ ਇਹ ਤਾਂ ਵੈਲ ਸੈਟਲ ਲੋਕ ਨੇ ਇਹਨਾਂ ਤੇ ਕਮਿਊਨਿਟੀ ਤੋਂ ਸਿੰਮਪਥੀ ਇਕੱਠੀ ਕਰਨੀ ਹੁੰਦੀ ਹੈ ਜਿਨ੍ਹਾਂ ਜਿਨ੍ਹਾਂ ਨੇ ਇਹ ਕੁਝ ਕਰਾਉਣਾ ਹੁੰਦਾ ਪਰ ਤੁਸੀਂ ਹਾਲੇ ਬਹੁਤ ਕੁਝ ਕਰਨਾ ਬਹੁਤ ਅੱਗੇ ਜਾਣਾ ਤੁਸੀਂ ਨਹੀਂ ਇਹਨਾਂ ਚੱਕਰਾਂ 'ਚ ਪੈਣਾ